ਚੈੱਕ ਕਰੋ ਕੈਸਾ ਨਕਸ਼ਾ ਤਿਆਰ ਕੀਤਾ ਹੋਇਆ। ਮਾਸ਼ਾਅੱਲਾ। ਅੱਜ ਛੱਡਣਾ? ਅੱਜ ਨਹੀਂ ਛੱਡਣਾ ਹੈਗਾ, ਜਿਹੜਾ ਟਾਈਮ ਹੁੰਦਾ ਨਾ ਇਸ ਟਾਈਮ ਮੈਨੂੰ ਛੱਡ ਲੈਂਦੇ ਵਾ। ਛੱਡ ਬਾਸ਼, ਸੁੱਟੋ ਖੁੱਲੀ 'ਚ। ਚਲੋ ਇੱਥੇ ਖਾਓ। ਹਾਲੇ ਰਜ਼ਾ, ਹਾਲੇ ਰਜ਼ਾ, ਹਾਲੇ ਤੱਕ ਲੈ ਕੇ ਨਹੀਂ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕਮ, ਵੈਲਕਮ ਕਰਦੇ ਵੀ ਆ ਨਜ਼ਰ ਵਲੋਗ ਦੇ ਵਿੱਚ। ਉਮੀਦ ਕਰਦਾ ਮੇਰੇ ਭੈਣ ਭਾਈ ਸਾਰੇ ਠੀਕ ਹੋਣਗੇ, ਅਸੀਂ ਵੀ ਅਲਹਮਦੁਲਿਲਾ ਠੀਕ ਹਾਂ। ਅਤੇ ਅਲੀ ਰਜ਼ਾ, ਨਾ ਪਾਣੀ ਨਾ ਲਾ ਮੇਰੇ ਪੁੱਤ, ਸਲਾਮ ਕਰ ਲਾ। ਵਾਲੇਕੁਮ ਸਲਾਮ। ਅੱਛਾ ਜੀ, ਆ ਜਗ੍ਹਾ ਵੀ ਬਣਾਉਣ ਲੱਗੇ ਵਾਂ, ਉਧਰੋਂ ਟਾਈਮ ਵੀ ਹੋ ਚੁੱਕਿਆ ਵਾ ਇੰਨਾ ਜਨਾਬ ਸਾਹਿਬ ਉਹਨਾਂ ਨੂੰ ਛੱਡਣ ਦਾ, ਅਤੇ ਇਹ ਹੁਣ ਮਹਿੰਕੀ ਜਾਣ ਰਹੀ ਆ ਕਿ ਸਾਨੂੰ ਉਹਨਾਂ ਨਾਲ ਛੱਡੋ, ਠੀਕ ਹੈ ਨਾ। ਲੇਕਿਨ ਇਹਨਾਂ ਨੂੰ ਅੱਜ ਛੱਡਣਾ? ਅੱਜ ਨਹੀਂ ਛੱਡਣਾ ਹੈਗਾ, ਅੱਜ ਇਹਨਾਂ ਨੂੰ ਇੱਥੇ ਹੀ ਪੱਠੇ ਪਾਵਾਂਗੇ, ਕਿਉਂਕਿ ਅਸੀਂ ਅੱਜ ਇਹ ਲਸਣ ਲਿਆਂਦਾ ਹੋਇਆ, ਲਸਣ ਹੁਣ ਲੱਗੇ ਵਾਂ ਬੀਜਣ, ਠੀਕ ਹੈ। ਅਤੇ ਇਹਦੇ 'ਤੇ ਮਿਹਨਤ ਕਰਨ ਲੱਗੇ ਹਾਂ, ਕਿਆਰੀ ਵਾਲੀ ਦੀ ਹੈ ਨਾ ਤਿਆਰ ਕਰਕੇ ਦੇਣ ਲੱਗੇ ਹਾਂ। ਕਰੀਏ ਤਿਆਰ? ਠੀਕ ਹੈ, ਚਲੋ ਅੱਲਾ ਖੈਰ ਕਰੇ, ਅਸੀਂ ਇਹ ਤਿਆਰ ਕਰ ਦੇਵਾਂ। ਅਤੇ ਹਾਂਜੀ, ਤੁਹਾਨੂੰ ਕੀ ਚਾਹੀਦਾ? ਇਹਨਾਂ ਨੂੰ ਪੱਠੇ ਪਾ ਦੇ ਅਲੀ ਦਾਦਾ, ਇਹਨਾਂ ਨੂੰ ਪੱਠੇ ਪਾ ਦੇ। ਹਾਂਜੀ, ਕੀ ਗੱਲ ਆ, ਕੀ ਚਾਹੀਦਾ? ਹੈਂ, ਪੱਠੇ ਲੈਣ? ਪੱਠੇ ਆ ਜਾਂਦੇ, ਪੱਠੇ ਪਾ ਮੇਰੇ ਪੋਤੇ ਤੋਂ। ਗੰਢ ਖੋਲ ਲਾ ਨਾ ਜੀ, ਗੰਢ ਖੋਲ ਲਾ, ਗੰਢ ਖੋਲ ਕੇ ਨਾ ਸਿੱਧਾ ਕਰ ਲੈ ਇਹਨੂੰ, ਗੰਢ ਖੋਲ ਕੇ ਇਹਦੇ ਵਿੱਚੋਂ ਪੱਠੇ ਚੁੱਕ ਕੇ ਨਾ ਅੱਜ ਪਾ ਦੇ ਅੱਗੇ। ਇਸ ਟਾਈਮ ਨਾ ਆਹ ਜਿਹੜਾ ਟਾਈਮ ਹੁੰਦਾ ਨਾ ਇਸ ਟਾਈਮ ਇਹਨੂੰ ਛੱਡ ਲੈਂਦੇ ਵਾ, ਛੱਡ ਕੇ ਅਤੇ ਸਕੂਨ ਨਾਲ ਇਹਨੂੰ ਨਾ ਚਰਾਉਂਦਾ ਵਾ, ਠੀਕ ਹੈ। ਲੇਕਿਨ ਅੱਜ ਅਸੀਂ ਹੁਣ ਕਿਉਂਕਿ ਕੰਮ ਕਰਨਾ ਵਾ, ਠੀਕ ਹੈ ਨਾ, ਅਤੇ ਇਸ ਕਰਕੇ ਹੁਣ ਇਹਨੂੰ ਅਸੀਂ ਛੱਡਾਂਗੇ ਨਹੀਂ। ਖੁੱਲ੍ਹਦੀ ਗੰਢ? ਖੁੱਲ੍ਹ ਗਈ, ਚਲੋ ਸ਼ੁਕਰ ਹੈ, ਸ਼ੁਕਰ। ਚੱਲ ਥੱਬਾ ਭਰ ਲਾ ਵਿੱਚੋਂ, ਪੱਠਿਆਂ ਲਈ ਕਿਵੇਂ ਲੱਗਾ ਹੋਇਆ, ਖੁਰਲੀ 'ਚ ਲੈ ਜਾ, ਖੁਰਲੀ 'ਚ, ਖੁਰਲੀ 'ਚ, ਚਲੋ ਸ਼ਾਬਾਸ਼, ਸੁੱਟੋ ਖੁਰਲੀ 'ਚ। ਚਲੋ ਇੱਥੇ ਖਾਓ, ਚਲੋ ਚੱਲ ਬਸ ਬਸ। ਇਹ ਮੁੜ ਕੇ ਵਿੱਚ ਵੜ ਜਾਂਦਾ ਉਰੇ ਨਾ ਖਿੱਚ, ਹੈਂ, ਹਾਂ, ਹੈਂ। ਅੱਛਾ ਚੱਲ ਠੀਕ ਹੋ ਗਿਆ, ਚਲੋ ਜੀ, ਅੱਛਾ ਅੱਲਾ ਖੈਰ ਕਰੇ। ਅਸੀਂ ਕਰਦੇ ਹਾਂ ਬਿਨਾਂ ਟਾਈਮ ਵੇਸਟ ਕੀਤੇ ਆਪਣਾ ਕੰਮ ਸਟਾਰਟ, ਹੋਰ ਪਾਉਣ ਲੱਗ ਗਏ। ਚੱਲ ਪਾ ਦੇ ਪਾ ਦੇ ਪਾ ਦੇ ਜਿਹੜੇ ਪਾਣੇ, ਚੱਲ ਆ ਜਾ ਕਰੀਏ ਸਟਾਰਟ ਕੰਮ ਆਪਣਾ। ਅਸੀਂ ਹੁਣ ਨਾ ਆਪਣਾ ਕੰਮ ਸਟਾਰਟ ਕਰਦੇ। ਨਹੀਂ ਗੋਡੀ ਤੂੰ ਨਾ ਕਰ, ਗੋਡੀ ਕਰਦਾ ਵਾਂ ਮੈਂ, ਠੀਕ ਹੈ ਨਾ, ਗੋਡੀ ਮੈਂ ਕਰਦਾ, ਤੂੰ ਇਸ ਤਰ੍ਹਾਂ ਕਰ। ਉੱਥੋਂ ਨਾ ਮਸਲਣ ਨਾ ਉਹ ਬਰੀਕ ਬਰੀਕ ਉਹ ਹੁੰਦਾ ਨਹੀਂ ਆ ਰੂੜੀ, ਬਰੀਕ ਬਰੀਕ, ਠੀਕ ਹੈ ਨਾ, ਇੱਕ ਦੋ ਤਸਲੇ ਉਹ ਰੂੜੀ ਦੇ ਭਰ ਲਿਆ, ਰੂੜੀ ਦੇ, ਠੀਕ ਆ। ਕਿਉਂਕਿ ਲਸਣ ਨੂੰ ਨਾ ਰੂੜੀ ਪਹਿਲੇ ਪੈ ਜਾਵੇ ਨਾ ਅਤੇ ਬੜੀ ਉਹ ਮਸਲਣ ਤਾਕਤਵਰ ਹੁੰਦੀ ਆ, ਅਤੇ ਇਹਦੀ ਨਾ ਗੋਡੀ ਮੈਂ ਕਰਦਾ। ਸਲਾਮ ਕਰੋ, ਕੈਸੇ ਹੋ, ਗੋਡੀ ਕਰਨ ਲੱਗਾ? ਹਾਂ, ਨਹੀਂ ਉਦੋਂ ਕਈ ਉਹਨਾਂ ਦੀ ਲੈ ਲਾ, ਨਾਲ ਵਾਲਿਆਂ ਦੀ, ਨਾਲ ਵਾਲਿਆਂ ਦੀ ਲੈ ਲਾ। ਚਲੋ ਜੀ, ਮੈਂ ਅੱਲਾ ਖੈਰ ਕਰੇ ਨਾ, ਇਹਨੂੰ ਵੈਸੇ ਗੋਡਿਆ ਹੈਗਾ ਵਾ, ਹਲਕਾ ਹਲਕਾ ਹੋਰ ਗੋਡਦਾ ਤਾਂ ਕਿ ਕੰਧਾਂ ਨਾਲ ਵੀ ਨਾ ਇੱਧਰ ਚਾਰਜ ਫਿਰੇ ਨਾ, ਮਿੱਟੀ ਲੱਗ ਜਾਏਗੀ। ਹਾਲੇ ਰਜ਼ਾ, ਹਾਲੇ ਰਜ਼ਾ, ਹਾਲੇ ਤੱਕ ਲੈ ਕੇ ਨਹੀਂ ਆ ਰੋੜੀ, ਮੈਂ ਸਾਰੀ ਨਾ ਕਈ ਨਾਲ ਗੋਡ ਦਿੱਤੀ ਆ, ਪੋਲੀ ਕਰ ਦਿੱਤੀ ਆ, ਸਾਹ ਵੀ ਚੜ੍ਹ ਗਿਆ ਵਾ, ਹਾਲੇ ਤੱਕ ਨਹੀਂ ਆਇਆ ਹੈਗਾ। ਹੁਣ ਮੈਂ ਬਹਿ ਕੇ ਨਾ ਬੰਨੀਆਂ ਦੇ ਨਾਲ ਨਾ ਮਿੱਟੀ ਲਾ ਦੇਵਾਂ, ਨਾਲ ਨਾਲ ਨਾ ਸਹੀ ਤਰੀਕੇ ਨਾਲ, ਫਿਰ ਉਹ ਫੱਟੀ ਪਈ ਵਾ, ਫੱਟੀ ਚੁੱਕ ਕੇ ਨਾ ਫਿਰ ਇਹਦੇ ਵਿੱਚ ਮਾਰ ਕੇ ਸਿੱਧੀ ਪੱਧਰੀ ਕਰਾਂਗਾ।
ਲਓ ਜੀ ਮਾਸ਼ਾਅੱਲਾ ਅਲਹਮਦੁਲਿਲਾ ਸਾਡਾ ਇਹ ਸਾਰਾ ਤਿਆਰ ਹੋ ਗਿਆ। ਹੁਣ ਇੱਥੇ ਅਸੀਂ ਖਾਰਦੇ ਹਾਂ ਰੂੜੀ। ਅੱਛਾ ਜੀ ਮਾਸ਼ਾਅੱਲਾ ਅਲਹਮਦੁਲਿਲਾ ਅੱਲਾ ਖੈਰ ਕਰੇ। ਪੁੱਤ ਇਸ ਰੋਕ ਨਹੀਂ ਮਾਰਨੀ, ਲੰਮੇ ਰੋਕ ਖਿੱਚਣੀ, ਇਸ ਰੋਕ ਖਿੱਚਣੀ, ਇੱਦਾਂ ਖਿੱਚ, ਇੱਦਾਂ ਚੱਲ ਖਿੱਚਦਾ ਜਾ, ਇੱਦਾਂ ਪੋਲੀ ਪੋਲੀ ਖਿੱਚਦਾ ਜਾ, ਪੋਲੀ ਪੋਲੀ ਸਿੱਧੀ ਸ਼ਹਿਜ਼ਾਦਾ, ਸ਼ਾਬਾਸ਼ ਸ਼ਾਬਾਸ਼, ਹਲ ਫੇਰਦਾ ਜਾ, ਇੱਦਾਂ ਫੇਰਦਾ ਜਾ, ਨਹੀਂ ਤਾਂ ਮੈਂ ਆਵਾਂ, ਚੱਲ ਇੱਦਾਂ ਚਲੋ। ਸਿਆਣਾ ਪੁੱਤ ਮੇਰਾ ਸ਼ਹਿਜ਼ਾਦਾ, ਇਹ ਮੇਰਾ ਰੂਸੀ ਟਰੈਕਟਰ। ਗੁਲਾਮ ਅਹਿਮਦ ਕੌਣ ਆ? ਰੂਸੀ ਟਰੈਕਟਰ, ਸਾਡਾ ਰੂਸੀ ਟਰੈਕਟਰ ਹੈ ਜਿਹੜਾ ਜਿਹੜਾ ਜੀ ਰੂਸੀ ਟਰੈਕਟਰ ਨਾਲ ਪਿਆਰ ਕਰਦਾ, ਲਾਈਕ ਅਤੇ ਵੀਡੀਓ ਨੂੰ ਸ਼ੇਅਰ ਕਰੋ। ਕਿਉਂ ਬਈ, ਕਿਉਂ ਗੁਲਾਮ ਅਹਿਮਦ, ਸਹੀ ਹੈ ਨਾ? ਜਿਹੜਾ ਜਿਹੜਾ ਰੂਸੀ ਟਰੈਕਟਰ ਨਾਲ ਪਿਆਰ ਕਰਦਾ ਉਹ ਵੀਡੀਓ ਨੂੰ ਸ਼ੇਅਰ ਕਰੇ, ਹੈਂ? ਠੀਕ ਹੈ। ਲਓ ਜੀ ਸਾਡਾ ਰੂਸੀ ਟਰੈਕਟਰ ਨਾਲ ਜਿਹੜਾ ਪਿਆਰ ਕਰਦਾ ਨਾ ਉਹ ਵੀਡੀਓ ਨੂੰ ਸ਼ੇਅਰ ਕਰੇ ਅੱਗੇ, ਠੀਕ ਹੈ? ਚਲੋ ਜੀ, ਹੈਲੈ ਆ ਜੀ ਓਏ ਰੂਸੀ ਟਰੈਕਟਰ ਮੇਰਾ, ਵਾਹ ਵੀ ਦਿੱਤੀ ਯੂ, ਬਸ ਆ ਜੀ ਓਏ ਸ਼ੇਰ ਮੇਰਾ ਸ਼ੇਰ। ਚੱਲ ਠੀਕ ਹੋ ਗਿਆ, ਹੁਣ ਬਸ ਬੀਜੀ ਇਹਦੇ 'ਚ, ਹੈਂ? ਕਿੱਥੇ ਹੋ ਗਏ ਪੱਟੀ, ਕਿੱਥੇ ਗਈ? ਇਹਨੂੰ ਇੱਥੇ ਕਰਕੇ ਲਾ ਦੇ ਇੱਕ ਜਗ੍ਹਾ 'ਤੇ, ਉਹ ਕੋ ਪੈਣੀ ਹੈ, ਲਾ ਦੇ ਇੱਥੇ, ਬਸ ਲਾ ਦੇ, ਚੱਲ। ਹਾਂ ਅੱਛਾ ਚਲੋ ਠੀਕ ਹੋ ਗਿਆ। ਅੱਛਾ ਚਲੋ ਫਿਰ ਲਾਈਏ, ਉਹ ਕੀਤਾ ਹੋਇਆ ਵਾ, ਅਤੇ ਆ ਜਾਓ ਫਿਰ, ਮੈਂ ਭੋਰਾਂ ਫਿਰ ਲਸਣ, ਹੈਂ? ਚੱਲ ਭੋਰ ਫਿਰ ਲਾਈਏ। ਚਲੋ ਜੀ ਅਲੀ ਰਜ਼ਾ ਭੋਰ ਦਾ, ਅਤੇ ਅਸੀਂ ਫਿਰ ਲਾਉਂਦੇ ਹਾਂ ਬਹਿ ਕੇ, ਮੈਂ ਵੀ ਨਾਲ ਹੁੰਦਾ, ਹੈਂ? ਤੇਰੇ ਇਕੱਲੇ ਦੇ ਵੱਸ ਦਾ ਕੰਮ ਨਹੀਂ ਹੈ, ਮੈਂ ਵੀ ਨਾਲ ਹੁੰਦਾ, 2 ਮਿੰਟ ਲੱਗਣੇ ਆ। ਲਸਣ ਦਿੱਤਾ ਮਾਸ਼ਾਅੱਲਾ ਅਲਹਮਦੁਲਿਲਾ ਇਹਨਾਂ ਨੂੰ ਭੋਰ ਕੇ, ਅਤੇ ਅਲੀ ਰਜ਼ਾ ਨਾਲ ਬੀਜਣਾ ਸ਼ੁਰੂ ਕਰ ਦਿੱਤਾ ਵਾ, ਠੀਕ ਹੈ? ਅਤੇ ਅਲੀ ਰਜ਼ਾ ਇਸ ਤਰ੍ਹਾਂ ਨਾ ਲਾਈ ਆ, ਠੀਕ ਹੈ? ਥੋੜ੍ਹਾ ਜਿਹਾ ਗੱਢ ਕੇ ਲਾਵੀਂ ਥੱਲੇ ਨੂੰ, ਹਾਂ, ਫਿਰ ਪੋਥੀ ਇਹਦੀ ਮੋਟੀ ਹੁੰਦੀ ਆ। ਅੱਗੇ ਤੂੰ ਪਿਛਲੀ ਵਾਰੀ ਲਾਇਆ ਸੀ ਨਾ ਤਾਂ ਪੋਥੀ ਮੋਟੀ ਨਹੀਂ ਹੋਈ ਸੀ, ਯਾਦ ਹੈ ਨਾ? ਪੋਥੀ ਮੋਟੀ ਨਹੀਂ ਹੋਈ ਸੀਗੀ, ਠੀਕ ਹੈ ਨਾ? ਫਿਰ ਇਹ ਥੱਲੀ ਸਾਈਡ ਤੋਂ ਨਾ ਮੋਟਾ ਹੋਏਗਾ ਜਿੰਨਾ ਇਹਨੂੰ ਗੱਢ ਕੇ ਲਾਏਗਾ, ਠੀਕ ਹੈ? ਜਿੰਨਾ ਉੱਤੇ ਨੂੰ ਰੱਖੇਗਾ ਓਨਾ ਹੀ ਇਹਨੇ ਉਹ ਹੋਣਾ ਵਾ, ਹਾਂ ਬਸ ਠੀਕ, ਇੰਨਾ ਸਾਰਾ ਥੱਲੇ ਜਾਣ ਦੇ, ਹਾਂ ਠੀਕ ਆ। ਅਤੇ ਇੱਧਰ ਚੋਰੀ ਸਾਹਿਬ, ਹਾਂਜੀ ਤੁਸੀਂ ਕਿੱਧਰ? ਇੰਨੀ ਟੂਟੀ ਨਾ ਖੋਲਿਆ ਕਰ, ਥੋੜ੍ਹੀ ਖੋਲ ਟੂਟੀ, ਹਾਂ ਥੋੜ੍ਹੀ ਖੋਲਿਆ ਕਰ। ਚਲੋ ਅੱਛਾ, ਅੱਲਾ ਖੈਰ ਕਰੇ, ਹੁਣ ਅਸੀਂ ਨਾ ਰਲ ਮਿਲ ਕੇ ਨਾ ਸਾਰਾ ਲਸਣ ਬੀਜਦੇ ਵਾਂ, ਅਤੇ ਮੈਡਮ ਸਾਹਿਬ ਤੁਸੀਂ ਬੀਜੋਗੇ, ਹੈਂ? ਮੈਂ ਕਹਿੰਦਾ ਹੁਣ ਬਹਿ ਕੇ ਤੂੰ ਬੀਜ ਦੇ, ਮੇਰੀ ਤਾਂ ਐਂਡ ਹੋ ਗਈ। ਮੈਂ ਅਸਲ ਦੇ ਨਾ ਗੋਡੀ ਦਿੱਤੀ ਹੈ ਨਾ, ਗੋਡੀ ਦੇ ਕੇ ਨਾ ਜਿਹੜੀ ਮੇਰੀ ਤਾਂ ਗੋਡੀ ਨਾ ਦਿੰਦਾ ਨਾ, ਫਿਰ ਟੈਨਸ਼ਨ ਕੋਈ ਸੀ। ਚਲੋ ਸਾਡੀ ਮੈਡਮ ਬੀਜਣ ਲੱਗੀ ਹੈ, ਅਤੇ ਫਿਰ ਉਨੀ ਦੇਰ ਸਟੋਪ ਕਰਦੇ ਹਾਂ, ਫਿਰ ਇਹਨੂੰ ਬੀਜਦੇ, ਫਿਰ ਇਨਸ਼ਾਅੱਲਾ ਅੱਲਾ ਖੈਰ ਕਰੇ ਨਿਕਲਦਾ। ਦੇਖੀਓ ਕਿੰਨਾ ਸੋਹਣਾ, ਐ ਮੇਰਾ ਸ਼ਹਿਜ਼ਾਦਾ ਵੀ ਬੀਜਣ ਦਿਆ ਵਾ ਸ਼ੇਰ, ਚੋਰੀ ਸਾਹਿਬ ਬੈਠਾ ਪੜ੍ਹੀ ਜਾਣ ਦਿਆ। ਹਾਂਜੀ ਤੁਸੀਂ ਆਪਣਾ ਪੜ੍ਹਾਈ ਤੇ, ਅਤੇ ਉਹਦੇ ਬਾਈ ਦੇ ਨਾਲ ਲਸਣ ਹੀ ਬਜਾਉਣਾ, ਹੈਂ? ਹਾਂਜੀ
ਚੱਲ ਪੜ੍ਹ ਲਾ ਪੜ੍ਹ ਲਾ ਪੜ੍ਹ ਲਾ, ਕੋਈ ਨਹੀਂ ਭਾਈ ਨੇ ਬੀਜ ਲੈਣਾ, ਪੜ੍ਹ ਲਾ ਮੇਰਾ ਪੁੱਤ, ਸ਼ਾਬਾਸ਼। ਚਲੋ ਮਾਂ ਪੁੱਤ ਦੋਨੋਂ ਬੈਠ ਗਏ ਆ, ਕਿਆਰੀ ਦੇ ਬੀਜ ਹੋ ਰਹੀ ਆ, ਇੱਧਰ ਆਪਣੀ ਮੰਮਾ ਦੀ ਨਾ ਸੀਟ ਸਾਂਭ ਕੇ ਬੈਠਾ। ਹਾਂਡੀ ਬਣ ਗਈ ਆ, ਹੈ ਦੱਸੋ ਨਾ ਬਣ ਗਈ ਆ। ਚੱਲ ਹਾਂਡੀ ਦਾ ਧਿਆਨ ਰੱਖੀ, ਠੀਕ ਹੈ ਨਾ। ਮੰਮਾ ਇਹਦੀ ਨਾ ਬੀਜਣ ਦੀ ਵਾ, ਕਿਹਦਾ ਨਾਮ ਆ, ਲਸਣ ਅਲੀ ਰਜ਼ਾ ਅਤੇ ਮੰਮਾ ਦੇ, ਇਹ ਦੋਨੋਂ ਅਲੀ ਰਜ਼ਾ ਮਾਂ ਪੁੱਤ ਦੋਨੋਂ ਲੱਗੇ ਹੋਏ ਸੀਗੇ। ਅਤੇ ਇੱਧਰ ਨਾ ਅਲੀ ਰਜ਼ਾ ਆਪਣਾ ਨਾ ਕਰਨ ਦਿਆ ਵਾ, ਇਹਨਾਂ ਪੱਤੇ ਛੱਤੇ ਨਾ ਇਕੱਠੇ ਕਰਕੇ ਨਾ ਇਹਨਾਂ ਨੂੰ ਪਾਣ ਦਿਆ। ਕਿੱਦਾਂ ਪੁੱਤ, ਕੀ ਨਿੰਮ ਹੋਈ ਆ? ਮਾਸ਼ਾਅੱਲਾ ਮਾਸ਼ਾਅੱਲਾ, ਲਓ ਜੀ ਮਾਸ਼ਾਅੱਲਾ ਮੇਰੇ ਪੁੱਤ ਦੀ ਨਿੰਮ ਵੀ ਹੋ ਗਈ। ਆ ਥੱਲੋ ਸਾਰੇ ਪੱਤੇ ਚੁੱਕ ਵਿੱਚ ਸੁੱਟ, ਇਹ ਖਾਣ, ਇਹ ਜਿਹੜਾ ਖਰਾਬ ਕਰਦੇ ਵਾ ਇਹਨਾਂ ਨੂੰ ਪਤਾ ਲੱਗੇ, ਚੁੱਕ ਕੇ ਸੁੱਟ ਮੇਰਾ ਪੁੱਤ। ਹਾਂ ਸਾਰੇ ਪੱਠੇ ਪੱਤੇ ਨਾ ਚੁੱਕ ਲਾ, ਠੀਕ ਹੈ ਨਾ, ਅਤੇ ਸਾਰੇ ਚੁੱਕ ਕੇ ਵਿੱਚ ਸੁੱਟ। ਚੋਰੀ ਸਾਹਿਬ ਤੁਸੀਂ ਪੜ੍ਹ ਲਓ, ਹੁਣ ਪੜ੍ਹਾਈ ਯਾਦ ਨਹੀਂ, ਪੜ੍ਹਦਾ ਪਿਆ, ਚੱਲ ਕੰਮ ਲਿਖ ਲਿਆ, ਚੱਲ ਠੀਕ ਆ। ਅਤੇ ਤੁਸੀਂ ਖੇਡਣ 'ਤੇ ਹੈਂ, ਤਾਂਹੀਓ ਅੱਜ ਲੇਟ ਛੁੱਟੀ ਤੈਨੂੰ ਮਿਲੀ ਆ, ਯਾਦ ਹੈ ਨਾ, ਆ ਛੁੱਟੀ ਵੀ ਇਹਨੂੰ ਲੇਟ ਮਿਲੀ, ਠੀਕ ਹੈ ਨਾ। ਇੱਕ ਵਜੇ ਛੁੱਟੀ ਦਿੰਦੇ ਵਾ, 1:15 'ਤੇ ਇਹਨੂੰ 1:30 ਵਜੇ ਛੁੱਟੀ ਦਿੱਤੀ ਅੱਜ, ਠੀਕ ਹੈ ਨਾ, 1, 2, 3 ਵਾਲੇ ਨੂੰ, 1, 2, 3, ਠੀਕ ਹੈ। ਚਲੋ ਅੱਲਾ ਖੈਰ ਕਰੇ, ਠੀਕ ਹੈ ਨਾ, ਇਲਾਜ ਜਲਦੀ ਕਰ ਲਓ, ਅਤੇ ਕਿਹਦਾ ਨਾਮ ਆ, ਨਮਾਜ਼ ਦਾ ਟਾਈਮ ਵੀ ਹੋ ਰਿਹਾ। ਕਿਹੜੀ ਸ਼ਹਿ ਕੀ ਦੱਸ ਦੇ, ਮੂੰਹ ਬੋਲ ਪਾ। ਸਮਾਨ ਤੇ ਬੱਦਲ ਆ ਗਏ ਆ। ਹੈਲੋ ਜੀ, ਬੱਦਲ ਵੀ ਆ ਗਏ, ਲਓ ਜੀ ਲੈ। ਮੌਸਮ ਚੇਂਜ ਹੁਣ ਹੋਏਗਾ। ਚਲੋ ਅੱਛਾ, ਅੱਲਾ ਖੈਰ ਕਰੇ, ਇਹ ਵੀ ਚਲੋ ਗਰਮੀ ਬਹੁਤ ਜ਼ਿਆਦਾ ਸੀਗੀ, ਠੀਕ ਹੈ ਨਾ, ਇਹ ਵੀ ਕੁਛ ਕਿਸਮਤੀ ਆ, ਅੱਲਾ ਖੈਰ ਕਰੇ ਕਿ ਜਿਹੜਾ ਮਤਲਬ ਥੋੜ੍ਹੀ ਜਿਹੀ ਠੰਡ ਹੋਣ ਦੀ ਵਾ। ਕਿਉਂ ਬਈ ਜਨਾਬ? ਬਾਰਿਸ਼ ਦਾ ਕੋਈ ਪਤਾ ਕੋਈ ਨਹੀਂ, ਰਾਤ ਨੂੰ ਫਿਰ ਬਾਰਿਸ਼ ਆ ਜਾਵੇ, ਠੀਕ ਹੈ ਨਾ, ਪਾਣੀ ਰਹਿਣ ਦੀ ਉਹਨਾਂ ਲਾਉਣ ਨੂੰ ਅਤੇ ਕੋਈ ਪਤਾ ਕੋਈ ਨਹੀਂ ਹੈਗਾ, ਸਹੀ ਨਾ, ਠੀਕ ਹੈ, ਓਕੇ ਹੋ ਗਿਆ, ਠੀਕ ਹੈ। ਅਤੇ ਤੁਸੀਂ ਨੇ ਨਹਾਤੇ ਵਾ? ਅੱਛਾ, ਲਓ ਇਹ ਮੇਰਾ ਪੁੱਤ ਫਰੈਸ਼ ਹੋ ਕੇ ਫਿਰਦਾ ਹੁੰਦਾ ਜਦੋਂ ਮਰਜ਼ੀ, ਦੇਖ ਲਓ ਇਹਨੇ ਨਹਾ ਨਹੂ ਕੇ ਨਾ ਆਪਣਾ ਕੱਪੜੇ ਛੱਪੜੇ ਪਾ ਕੇ, ਅਤੇ ਅੱਜ ਸੇਮ ਕੱਪੜੇ ਪਾਏ ਜਿੱਦਾਂ ਦੇ ਮੈਂ ਪਾਏ, ਉੱਦਾਂ ਦੇ ਹੀ ਗੁਲਾਮ ਮੰਮਾ ਨੇ ਪਾਏ, ਹੈ ਜੀ ਇਹ ਸ਼ਹਿਜ਼ਾਦਾ ਮੇਰਾ। ਅਤੇ ਅਲੀ ਰਜ਼ਾ ਦੇ ਪੌਦੇ, ਅਲੀ ਰਜ਼ਾ ਪਾਣੀ ਪਾ ਰਿਹਾ ਮੇਰਾ ਪੁੱਤ, ਉਹ ਜੀ ਓਏ। ਚਲੋ ਗੁਲ ਦੁਪਹਿਰੀ ਹੋ ਗਈ, ਇਹ ਗੁਲਾਮ ਮੰਮਾ ਦੀ ਹੈ, ਚਲੋ ਸਹੀ ਹੈ। ਇੱਧਰਲੀ ਨੂੰ ਪਾਇਆ ਪਾਣੀ? ਹੈਂ, ਅੱਛਾ ਚਲੋ ਅੱਲਾ ਖੈਰ ਕਰੇ, ਇੱਧਰਲੀ ਨੂੰ ਵੀ ਪਾਣੀ ਲਾ ਛੱਡਿਆ ਵਾ, ਠੀਕ ਹੈ ਨਾ, ਇੱਧਰਲੀ ਨੂੰ ਵੀ ਲਾ, ਬਾਹਰ ਵਾਲੀ ਨੂੰ ਵੀ ਲਾ ਛੱਡਿਆ, ਚੱਲ ਸਹੀ ਹੋ ਗਿਆ। ਚਲੋ ਜੀ, ਸਾਰੀ ਗੁਲ ਦੁਪਹਿਰੀ ਨੂੰ ਵੀ ਪਾਣੀ ਲਾ ਛੱਡਿਆ, ਕਿਉਂ ਬਈ? ਹਾਂਜੀ, ਲੈ ਜਾ ਮੇਰਾ ਪੁੱਤ ਜਲਦੀ ਲੈ ਜਾ, ਲੈ ਜਾ, ਅੱਲਾ ਖੈਰ ਕਰੇ, ਮੌਸਮ ਬਹੁਤ ਜ਼ਿਆਦਾ ਖਰਾਬ ਹੋ ਗਿਆ ਵਾ, ਯਕਦਮ ਹੀ ਲੈ ਜਾ, ਪਰ ਪਰਲੀ ਸਾਈਡ 'ਤੇ ਜਾ ਕੇ ਰੱਖ ਇਹਨੂੰ, ਠੀਕ ਹੈ ਨਾ, ਕੁੱਕੜ ਤਾੜਿਆ ਸੀ ਬਾਹਰ ਕਿਉਂਕਿ ਇੱਧਰਲੀ ਜਗ੍ਹਾ ਨਾ ਖਰਾਬ ਕਰੇ, ਅਤੇ ਉਹਨੂੰ ਹੁਣ ਨਾ ਬਾਹਰੋਂ ਛੱਡਿਆ ਵਾ, ਅਤੇ ਅਲੀ ਰਜ਼ਾ ਬਸ ਇੱਥੇ ਪਹੁੰਚ ਗਿਆ ਅੱਲਾ ਖੈਰ ਕਰੇ, ਅਤੇ ਲਾਣ ਦਿਆ ਵਾ, ਬਸ ਥੋੜ੍ਹਾ ਜਿਹਾ ਰਹਿ ਗਿਆ ਵਾ। ਬਾਹਰ ਮੈਂ ਟਰੈਕਟਰ ਵਾਲਾ ਦੇਖਦਾ, ਟਰੈਕਟਰ ਵਾਲਾ ਜੇ ਹੈਗਾ ਹਲਾਣ ਵਾਲਾ, ਅਤੇ ਉਹਦੇ ਕੋਲੋਂ ਹਲ ਮਰਵਾਉਣੇ ਵਾ। ਮੈਂ ਆਖਿਆ ਪਤਾ ਨਹੀਂ ਇਹ ਟਰੈਕਟਰ ਹਲਾਣ ਵਾਲਾ ਵਾ, ਲੇਕਿਨ ਨਹੀਂ, ਇਹ ਦੂਸਰਾ ਸੀਗਾ ਟਰੈਕਟਰ, ਹਲਾਣ ਵਾਲਾ ਨਹੀਂ ਹੈਗਾ ਪੁੱਤ, ਨਹੀਂ ਹੈਗਾ ਟਰੈਕਟਰ, ਹਲਾਣ ਵਾਲਾ ਨਹੀਂ ਸੀਗਾ, ਦੂਸਰਾ ਸੀਗਾ। ਚਲੋ ਅੱਛਾ, ਅੱਲਾ ਖੈਰ ਕਰੇ, ਬਹੁਤ ਜ਼ਿਆਦਾ ਮੌਸਮ ਖਰਾਬ ਹੋ ਰਿਹਾ ਪੁੱਤ, ਜਲਦੀ ਕਰ ਲਾ, ਠੀਕ ਹੈ ਨਾ, ਲਾ ਲਾ, ਬਹੁਤ ਜ਼ਿਆਦਾ ਨੇਰੀ ਆ, ਠੀਕ ਹੈ। ਅਤੇ ਇੱਧਰ ਲਾ ਰਹੇ ਆ, ਇਹ ਚੋਰੀ ਸਾਹਿਬ ਲਾ ਰਹੇ ਵਾ, ਅਤੇ ਸਾਡੇ
ਪਈ ਆ ਉਹ ਪਤੰਗ ਉਡਾਉਣ ਦੀ, ਠੀਕ ਹੈ ਨਾ, ਉਹਨੂੰ ਪਤੰਗ ਉਡਾਉਣ ਦੀ ਪਈ ਹੋਈ ਹੈ ਅਤੇ ਹਨੇਰੀ ਬਹੁਤ ਜ਼ਿਆਦਾ ਆ ਗਈ ਆ, ਠੀਕ ਹੈ ਨਾ। ਇਹ ਦੇਖੋ ਹਵਾ, ਦੇਖੋ ਕਿੰਨੀ ਤੇਜ਼, ਅੱਲਾ ਖੈਰ ਕਰੇ। ਇਹ ਦੇਖੋ ਦਰਖਤ ਇੱਕ ਵਾਰੀ ਝੂਲਦੇ ਪਏ ਵਾ, ਲਾ ਲਓ ਹਨੇਰੀ ਆ ਸਿਰਫ ਲੈ ਮੂੰਹ ਦੇਵੇ ਆ ਇੱਧਰ, ਇਹ ਕੀ ਕਾਰਟੂਨ ਬਣਨ ਦਿਆ ਹੈ, ਇਹਦੇ ਨਾਲ ਨਜ਼ਰ ਆਊਗਾ। ਅੱਛਾ ਚੱਲ ਠੀਕ ਆ, ਉਧਰ ਇਹਦੇ ਕੰਮ ਦੇ। ਹਾਂ ਤੁਹਾਡੀ ਗੁੱਡੀ ਉੱਡਦੀ ਨਹੀਂ, ਪਤੰਗ ਉੱਡਦਾ ਨਹੀਂ, ਹੈਂ ਹੈਂ। ਅੱਛਾ ਉਹ ਉੱਡ ਪਈ, ਉਹ ਉੱਡ ਪਈ, ਉਹ ਉੱਡ ਪਈ, ਇਹਦੀ ਆਪਣੀ ਗੁੱਡੀ ਉਡਾਉਣ ਦੇ ਨੂੰ ਲੱਗੇ ਲੈ ਪਈ ਹੋਈ ਆ ਕਿ ਗੁੱਡੀ ਉੱਡ ਪਵੇ। ਸ਼ਾਦੀ ਆ ਨਾ ਚਲੇਗੀ ਵਾ ਰੋਟੀ ਪਕਾਉਣ ਵਾਸਤੇ, ਕਿਉਂਕਿ ਬੱਦਲ ਦੇਖ ਕੇ ਨਾ ਰੋਟੀ ਪਕਾਉਣ ਵਾਸਤੇ, ਅਤੇ ਬਾਰਿਸ਼ ਕੋਨੀ ਆ ਗਈ ਲੇਕਿਨ ਹਨੇਰੀ ਆ, ਅਤੇ ਅਜੇ ਦਾਦਾ ਕੜੀਆਂ ਪੈਣ ਲੱਗ ਨਹੀਂ ਗਈਆਂ, ਹੈ ਨਾ, ਕੜੀਆਂ ਪੈਣ ਲੱਗ ਗਈਆਂ। ਚਲੋ ਇਨਸ਼ਾਅੱਲਾ ਖੈਰ ਕਰੇ। ਸਾਡਾ ਇਹ ਵਾ ਕਿ ਜਿਹੜਾ ਲਸਣ ਬੀਜਿਆ ਨੂੰ ਪਾਣੀ ਨਹੀਂ ਲਾਉਣ ਦੀ ਫਿਰ ਲੋੜ ਹੈਗੀ, ਇੱਦਾਂ ਹੀ ਇਹਨੂੰ ਪਾਣੀ ਲੱਗ ਜਾਣਾ ਵਾ ਇੱਧਰ, ਇਹ ਉਹਦੇ ਵੀ ਇਹੀ ਕੰਮ, ਦੋਨੋਂ ਐਂ ਕਾਰਟੂਨ ਬਣਨ ਲੱਗੇ ਆ। ਅਤੇ ਇਹਨਾਂ ਦੇ ਕੰਮ ਚੈੱਕ ਕਰੋ, ਅਤੇ ਅਖੀਰ ਸਾਡਾ ਹਨੇਰੀ ਨਾ ਬੁਰਾ ਹਾਲਾਤ ਹੋਇਆ, ਇਹ ਚੋਰੀ ਸਾਹਿਬ ਦੀ ਪਤੰਗਬਾਜ਼ੀ ਹੋਣ ਦੀ ਹੈ, ਠੀਕ ਹੈ ਨਾ। ਇਹਨੂੰ ਹਵਾ ਦੇ ਵਿੱਚ ਛਾਪਰ ਬੰਨ ਕੇ ਨਾ ਅਤੇ ਲੱਗਾ ਹੋਇਆ ਵਾ ਕਿ ਉੱਡੇਗਾ, ਠੀਕ ਹੈ ਨਾ। ਇਹ ਉੱਡਣਾ ਛੁੱਡਣਾ ਕੋਈ ਨਹੀਂ ਹੈ, ਹੋ ਗਿਆ ਜੀ, ਹੋ ਗਿਆ, ਹੋ ਗਿਆ, ਹੋ ਗਿਆ, ਹੋ ਗਿਆ, ਹੋ ਗਿਆ, ਹੋ ਗਿਆ, ਹੋ ਗਿਆ। ਚਲੋ ਜੀ ਅਲਹਮਦੁਲਿਲਾ, ਅੱਲਾ ਖੈਰ ਕਰੇ। ਸਭ ਤੋਂ ਪਹਿਲੇ ਤਾਂ ਇਹ ਕਿਆਰੀ ਸਾਰੀ ਬੀਜ ਛੜੀ ਆ ਅਲਹਮਦੁਲਿਲਾ, ਔਰ ਅੱਲਾ ਖੈਰ ਕਰੇ, ਹਵਾ ਹਲੇ ਵੀ ਵਗਦੀ ਪਈ ਆ, ਠੀਕ ਹੈ ਨਾ, ਇਹ ਮੌਸਮ ਹਲੇ ਵੀ ਖਰਾਬ ਆ, ਠੀਕ ਹੈ ਨਾ। ਉੱਤੇ ਬਾਲਣ ਰੱਖਿਆ ਸੀ ਸਾਰਾ ਹੀ ਥੱਲੇ ਆ ਗਿਆ ਵਾ, ਠੀਕ ਹੈ। ਨਮਾਜ਼ ਦਾ ਟਾਈਮ ਹੋ ਗਿਆ, ਵਜ਼ੂ ਕੀਤਾ ਵਾ, ਠੀਕ ਹੈ, ਹੁਣ ਪੜ੍ਹ ਲਈਏ ਨਮਾਜ਼। ਅਲੀ ਰਜ਼ਾ ਅਤੇ ਸਮੀ ਉੱਲਾ ਦੋਨੋਂ ਨਮਾਜ਼ ਪੜ੍ਹਦੇ ਪਏ ਵਾ, ਨਮਾਜ਼ ਪੜ੍ਹ ਲਈਏ ਫਿਰ ਮਿਲਦੇ ਹਾਂ ਨਮਾਜ਼ ਤੋਂ ਬਾਅਦ ਜੀ। ਮਾਸ਼ਾਅੱਲਾ ਅਲਹਮਦੁਲਿਲਾ, ਨਮਾਜ਼ ਪੜ੍ਹ ਲਈ, ਅੱਲਾ ਖੈਰ ਕਰੇ। ਔਰ ਬੱਚਿਆਂ ਨੂੰ ਮੈਂ ਕਿਹਾ ਹਾਂ ਕੀ ਹੋਇਆ, ਹੈਂ, ਅੱਛਾ ਬੱਚਿਆਂ ਨੂੰ ਮੈਂ ਕਿਹਾ ਅਲੀ ਰਜ਼ਾ ਉਹਨਾਂ ਨੂੰ ਪਾਣੀ ਡਾ ਦਿਓ, ਇਹਨਾਂ ਨੂੰ ਨਮਾਜ਼ ਸਾਰਿਆਂ ਨੇ ਪੜ੍ਹ ਲਈ ਆ, ਅਤੇ ਪੁੱਤ ਇਹਨਾਂ ਨੂੰ ਪਾਣੀ ਡਾ ਦੇ, ਅਤੇ ਕੁੱਕੜ ਤਾੜਤਾ, ਹੈਂ, ਚਲੋ ਸਹੀ ਹੈ, ਇਹਨਾਂ ਨੂੰ ਸਾਰਿਆਂ ਨੂੰ ਪਾਣੀ ਡਾ ਦੇ। ਅਤੇ ਆਪਣਾ ਖਾਣਾ ਤਿਆਰ ਹੋਇਆ ਸਮੀਲਾ, ਹੁਣ ਦਿਆ ਵਾ, ਚਲੋ ਅੱਛਾ ਅੱਲਾ ਖੈਰ ਕਰੇ। ਅਤੇ ਤਸਵੀਰ ਮੇਰੀ ਆਹ ਲੱਭੀ ਆ, ਅਤੇ ਚਿੱਟੀ ਨਹੀਂ ਲੱਭੀ ਹੈਗੀ, ਚਿੱਟੀ ਤਸਵੀ, ਇਹਨੂੰ ਸਿੱਧਾ ਕਰ ਸਰੀਰ ਨੂੰ, ਪੁੱਤ ਹਵਾ ਨਾਲ ਹੋ ਗਿਆ, ਇਹਦਾ ਡੰਡਾ ਫੜ ਕੇ ਇੱਧਰ ਨੂੰ ਫੇਰ ਦੇ, ਅਤੇ ਤੂੰ ਟੂਟੀ ਤੋਂ ਭਰਨਾ ਸੀ, ਤੂੰ ਟੂਟੀ ਤੋਂ ਭਰ ਲੈਂਦਾ ਪਾਣੀ, ਮੈਂ ਖਲੋਤਾ ਸੀਗਾ, ਹੈਂ, ਅਤੇ ਬਾਹਰੋਂ ਪਾਣੀ ਆ ਨਹੀਂ ਰਿਹਾ ਸੀ, ਬਾਹਰੋਂ ਪਾਣੀ ਆ ਨਹੀਂ ਰਿਹਾ ਟੂਟੀ 'ਚ, ਅੱਛਾ ਚਲੋ ਅੱਛਾ ਅੱਲਾ ਖੈਰ ਕਰੇ। ਪਾਣੀ ਭਰਨ ਆਇਆ ਸੀਗਾ ਬੱਚਾ, ਅਤੇ ਉਹ ਭਰ ਕੇ ਲੈ ਗਿਆ ਵਾ, ਕਿਉਂਕਿ ਇੱਥੇ ਬਾਹਰ ਵੀ ਟੂਟੀ ਲੱਗੀ ਆ, ਬਾਈ ਤੋਂ ਭਰ ਲੱਗਿਆ, ਬਾਹਰੋਂ ਨਹੀਂ ਭਰਿਆ ਉਹਨੇ। ਚੱਲ ਅੰਦਰ ਵਾਲਿਆਂ ਨੂੰ ਪਿਲਾ ਦੇ, ਅੰਦਰ ਵਾਲਿਆਂ ਨੂੰ ਪਿਲਾ ਦੇ ਮੇਰਾ ਪੁੱਤ, ਚੱਲ ਲੈ ਜਾ ਅੰਦਰ, ਦੋਨਾਂ ਨੂੰ ਰੱਖ, ਚਲੋ ਰੱਖ ਦੇ, ਦੇਖੀ ਪੀਂਦੇ, ਇਹਨੂੰ ਵੀ ਖੋਲ੍ਹ ਕੇ ਵੇਚੀ ਕਰਦੇ, ਮੈਂ ਤਾਂ ਕਹਿੰਦਾ ਹੈਂ, ਉਹਨੂੰ ਝੋਲਾ ਚਾੜ ਦੇ, ਝੋਲਾ ਕਿੱਥੇ ਰੱਖਿਆ, ਆ ਪਿਆ ਜੀ, ਉਹਨੂੰ ਝੋਲਾ ਚਾੜ ਦੇ, ਠੀਕ ਹੈ ਨਾ, ਅਤੇ ਕਿਤੇ ਨਵਾਂ ਇਹਨੂੰ ਅੰਦਰ ਹੀ ਕਰਦੇ, ਅੰਦਰ ਉੱਥੇ ਪਰੇ ਹੋ ਕੇ ਬਹਿ ਤਾਂ ਜਾਏਗਾ, ਸ਼ਾਬਾਸ਼ ਮੇਰਾ ਪੁੱਤ, ਬਾਹਰ ਕਰ ਤੋਂ ਕੱਢਣ ਦਿਆਂ,
ਅੱਛਾ ਚੱਲ ਅੱਛਾ ਅੱਲਾ ਖੈਰ ਕਰੇ। ਚਲੋ ਚੱਲ ਕੰਨ ਫੜ ਇਹਦਾ, ਗੁਲਾਮ ਅਹਿਮਦ ਕੰਨ ਫੜ। ਚੱਲ ਸਮੀਲਾ ਤੂੰ ਫੜ ਕੰਨ ਇਹਦਾ, ਮੈਂ ਫੜਦਾ ਇੱਕ ਮਿੰਟ, ਮੈਂ ਤਸਬੀਹ ਫੜੀ, ਮੈਂ ਵਜ਼ੂ ਕੀਤਾ ਬਹੁਤ ਥੱਲੇ। ਫੜ ਕੰਨ ਇਹਦਾ, ਚੱਲ ਮਾੜੀ ਜਿਹੀ ਗੰਢ ਰੜਾ ਦੇ ਬਸ। ਚਲੋ ਇਹਦਾ ਕੰਨ ਫੜ, ਝੋਲਾ ਨੂੰ ਚਾੜ, ਇਹਨੂੰ ਨਾ ਝੋਲਾ ਚੜਵਾਉਂਦੇ ਵਾ ਤਾਂ ਕਿ ਨਾ ਐਂ ਦੜਾ ਨਾ ਸਾਰੀ ਰਾਤ ਫਿਰ ਨਾ। ਹਾਂਜੀ ਉਹ ਪੋਤੇ ਸੱਟ ਦੀ ਵਜ੍ਹਾ ਤੋਂ ਨਹੀਂ ਹੈ, ਉਹ ਵੈਸੇ ਹੀ ਆ, ਕੰਨ ਇੱਥੋਂ ਇੱਦਾਂ ਹੀ ਹੁੰਦਾ ਵਾ, ਠੀਕ ਹੈ ਨਾ, ਠੰਡਾ ਕੰਨ ਚਿੱਟਾ ਚਿੱਟਾ ਹੋਣ ਲੱਗ ਗਿਆ, ਵੈਸੇ ਹੀ ਆ ਪੁੱਤ, ਵੈਸੇ ਹੀ ਆ। ਚੱਲ ਬਸ ਇਹਦੇ ਗੱਲ ਨੂੰ ਨਾ ਪਾਵੀਂ ਦੱਸੀ, ਹੈਂ ਹਾਂ ਇੱਥੋਂ ਨਹੀਂ ਲੱਥਦਾ, ਨਹੀਂ ਲੱਥਦਾ ਮੇਰਾ ਪੁੱਤ, ਇੱਥੇ ਬਸ ਤੂੰ ਨਾ ਤੇਰੇ ਕੰਨ ਟੱਪਰ ਬਸ। ਚੱਲ ਖੋਲ੍ਹ ਕੇ ਛੱਡ ਦੇ ਇਹਦਾ ਵੀ ਪਟਾ ਖੋਲ, ਇਹਨੂੰ ਵੀ ਤਾੜ ਅਤੇ ਆ ਇਹਨੂੰ ਵੀ ਤਾੜ, ਇਹਨਾਂ ਦੋਨਾਂ ਨੂੰ ਤਾੜ ਕੇ ਨਾ, ਆਹ ਨਿੱਕੇ ਇਹਨੂੰ ਵੀ, ਆਹ ਨਿੱਕੇ ਨੂੰ ਵੀ ਤਾੜ, ਇਹਨੂੰ ਵੀ ਵੇਚੀ ਜਾਣ ਦੇ, ਇਹਨੂੰ ਵੀ ਤਾੜੋ, ਇਹਨੂੰ ਵੀ ਤਾੜੋ ਵਿੱਚ, ਇਹਨੂੰ ਵੀ ਤਾੜੋ, ਇਹਨੂੰ ਵੀ ਤਾੜੋ, ਇਹਨੂੰ ਵੀ ਤਾੜੋ ਵਿੱਚ, ਹੈਂ ਜਿਹੜਾ ਤੂੰ ਬਾਹਰ ਫਿਰਨਾ, ਨਮਾਜ਼ ਨਹੀਂ ਪੜ੍ਹੀ, ਹੈਂ ਨਮਾਜ਼ ਕਿਉਂ ਨਹੀਂ ਪੜ੍ਹੀ, ਭਾਈਆਂ ਸਾਰਿਆਂ ਨਮਾਜ਼ ਪੜ੍ਹੀ, ਅੱਜ ਤੂੰ ਨਮਾਜ਼ ਨਹੀਂ ਪੜ੍ਹੀ ਹੈਗੀ, ਪਤਾ ਤੈਨੂੰ ਅੱਲਾ ਮੀਆਂ ਮਾਰਦਾ ਜੇ ਨਮਾਜ਼ ਨਾ ਪੜ੍ਹੋ, ਪਤਾ ਤੈਨੂੰ ਇਸ ਗੱਲ ਦਾ, ਹੈਂ ਹੈਂ ਅਤੇ ਫਿਰ ਪੜ੍ਹੀ ਕਿਉਂ ਨਹੀਂ, ਮੈਂ ਕੀ ਪੁੱਛਿਆ, ਮੇਰੀ ਵਾ ਮੇਰੀ ਨਹੀਂ ਸਮਝ ਆਉਂਦੀ ਹੈਗੀ, ਅੱਲਾ ਮੀਆਂ ਮਾਰਦਾ ਪਤਾ ਨਾ ਇਸ ਗੱਲ ਦਾ, ਅਤੇ ਫਿਰ ਨਮਾਜ਼ ਕਿਉਂ ਨਹੀਂ ਤੁਸੀਂ ਪੜ੍ਹੀ, ਸਮੀ ਅੱਲਾ ਨੇ ਵੀ ਪੜ੍ਹੀ ਆ, ਅਲੀ ਰਜ਼ਾ ਨੇ ਵੀ ਪੜ੍ਹੀ ਆ, ਠੀਕ ਹੈ ਨਾ, ਅਤੇ ਸਿਰਫ ਤੂੰ ਨਹੀਂ ਪੜ੍ਹੀ ਨਮਾਜ਼, ਚੱਲ ਵਜ਼ੂ ਕਰ ਅਤੇ ਨਮਾਜ਼ ਪੜ੍ਹ, ਚਲੋ ਜਲਦੀ ਕਰੋ, ਬਸ ਹੈਗਾ ਇਹਦਾ ਟਾਈਮ, ਪੜ੍ਹ ਲੈਂਦੇ ਨਮਾਜ਼ ਪੜ੍ਹੇਗਾ ਨਾ ਫਿਰ ਨਮਾਜ਼ ਦੀ ਆਰ ਹੁੰਦੀ ਆ, ਉੱਦਾਂ ਮਾਸ਼ਾਅੱਲਾ ਅਲਹਮਦੁਲਿਲਾ ਪੜ੍ਹਦਾ ਵਾ, ਲੇਕਿਨ ਅੱਜ ਹੀ ਪਤਾ ਨਹੀਂ ਮੰਮਾ ਦੇ ਨਾਲ ਮਗਰ ਚਲਾ ਗਿਆ ਆਪਣੀ ਦੇ, ਅਤੇ ਇਸ ਕਰਕੇ ਮਿਸ ਕਰ ਗਿਆ। ਚਲੋ ਸ਼ਾਬਾਸ਼ ਸ਼ਾਬਾਸ਼, ਵਜ਼ੂ ਕਰੋ ਅਤੇ ਨਮਾਜ਼ ਪੜ੍ਹੋ, ਚਲੋ। ਅੱਛਾ ਜੀ ਮਾਸ਼ਾਅੱਲਾ ਅਲਹਮਦੁਲਿਲਾ ਅੱਲਾ ਖੈਰ ਕਰੇ, ਕਿਤੇ ਨਵਾਂ ਸਾਰਾ ਕੰਮ ਹੋ ਗਿਆ, ਬਿਸਤਰੇ ਵਿਛਾਉਣ ਵਾਲੇ ਸਿਰਫ ਰਹਿ ਗਏ, ਅਤੇ ਲੇਕਿਨ ਖਾਣੇ ਦਾ ਟਾਈਮ ਸੀਗਾ ਅਤੇ ਖਾਣਾ ਸਾਡਾ ਤਿਆਰ ਹੋ ਗਿਆ, ਅਲੀ ਰਜ਼ਾ ਵੀ ਆ ਗਿਆ, ਸਮੀ ਅੱਲਾ ਵੀ ਆ ਗਿਆ, ਗੁਲਾਮ ਅਹਿਮਦ ਨਮਾਜ਼ ਪੜ੍ਹਨ ਦਿਆ, ਨਮਾਜ਼ ਪੜ੍ਹ ਲਈ ਆ ਗੁਲਾਮ ਅਹਿਮਦ, ਅਤੇ ਆ ਜਾ ਮੇਰਾ ਪੁੱਤ, ਆ ਜਾ ਫਿਰ ਆ ਜਾ, ਪੜ੍ਹ ਲਈ ਮੇਰੇ ਪੁੱਤ ਨੇ ਨਮਾਜ਼ ਪੜ੍ਹ ਲਈ, ਠੀਕ ਹੈ, ਚਲੋ ਦੇਰ ਨਾਲ ਪੜ੍ਹੀ, ਦੇਰ ਆਇਆ ਦਰੁਸਤ ਆਇਆ, ਠੀਕ ਹੈ, ਮੈਂ ਵੀ ਚਾਰ ਪਏ, ਆ ਜਾ ਮੇਰਾ ਪੁੱਤ, ਮੰਮਾ ਕੋਲ ਪਾਣੀ ਵੀ ਫੜ ਲਿਆ, ਆ ਜਾ ਆ ਜਾ, ਸ਼ਾਬਾਸ਼ ਆ ਜਾ, ਚਲੋ ਫੜ ਲਓ ਬਈ, ਚਲੋ ਇੱਧਰ ਕਰੋ, ਰੱਖੋ ਪਾਣੀ, ਇਹ ਰੱਖੋ ਕੋਲੀ ਮੇਰੀ, ਇਹ ਮੇਰੀ ਕੋਲੀ, ਮੇਰੇ ਨਾਲ ਗੁਲਾਮ ਅਹਿਮਦ ਵੀ ਖਾਣੀ ਹੁੰਦੀ ਹੈ ਨਾ, ਮੈਂ ਤਾਂ ਗੁਲਾਮ ਅਹਿਮਦ, ਕਿਉਂ ਵੀ ਗੁਲਾਮ ਅਹਿਮਦ, ਚਲੋ ਜੀ ਖਾਣਾ ਸ਼ੁਰੂ ਕਰਨ ਲੱਗੇ ਵਾਂ, ਔਰ ਜਿਸ ਜਿਸ ਭੈਣ ਭਾਈ ਨੇ ਖਾਣੇ ਨਾ ਖਾਣਾ ਖਾਣਾ ਵਾ, ਵੈਲਕਮ ਜੀ ਆਇਆਂ ਨੂੰ, ਨਹੀਂ ਤਾਂ ਅਸੀਂ ਤਾਂ ਲੱਗੇ ਹਾਂ ਖਾਣ, ਬਿਸਮਿਲ੍ਲਾ ਪੜ੍ਹੋ, ਬਿਸਮਿਲ੍ਲਾ ਰਹਿਮਾਨ, ਬਾਕੀ ਰੋਟੀ ਵੀ ਖਾਣਾ, ਅੱਛਾ ਚਲੋ ਖਾਓ, ਚਲੋ ਬਿਸਮਿਲ੍ਲਾ ਰਹਿਮਾਨ ਰਹੀਮ, ਬਿਸਮਿਲ੍ਲਾ ਰਹਿਮਾਨ ਰਹੀਮ, ਅੱਜ ਪਕਾਈਏ ਦਾਲ।
ਕੈਫੀ ਬਕੀਰ ਚੈੱਕ ਕਰਕੇ ਦੇਖੋ। ਹਾਂ ਬਈ ਗੁੱਡ ਬਕੀ ਗੁੱਡ ਅਸੀਂ ਬਣੀ ਬੜੀ ਪਿਆਰੀ ਗੀ ਦਾਲ ਕਿਉਂ ਬਈ ਦਾਲ ਬੜੀ ਪਿਆਰੀ ਬਣੀ ਆ ਜਾ ਰਿਹਾ ਬਾਜ਼ਾਰ ਨੂੰ ਮਾੜੇ ਦੁਕਾਨ ਵੱਲ ਦੁੱਧ ਲੈ ਕੇ ਆਉਣਾ ਹੈਂ ਊਂ ਕੀ ਹਾਂਜੀ ਅੱਛਾ ਮੈਂ ਨੀਂਦ ਖਾ ਰਹੀ ਹਾਂ ਨਾ ਮੇਰੇ ਸਿਰ ਦਰਦ ਤੋਂ ਲੇਟ ਦੀ ਨੀਂਦ ਆ ਗਈ ਸੀ ਅੱਛਾ ਚਲ ਠੀਕ ਹੋ ਗਿਆ ਉਧਰ ਬਿਸਤਰੇ ਵਿਛਾ ਲਾ ਅੱਛਾ ਠੀਕ ਹੈ ਚਲੋ ਬਿਸਤਰੇ ਵਿਛਾ ਲਓ ਅੱਲਾ ਖੈਰ ਕਰੇ ਮੈਂ ਬਲਬ ਬੰਦ ਕਰਤਾ ਠੀਕ ਹੈ ਅਤੇ ਇਧਰਲੀ ਸਾਈਡ ਤੋਂ ਅਜ਼ਾਨਾ ਵੀ ਹੋਣ ਦਈਆਂ ਵਾ ਹਾਂਜੀ ਅਤੇ ਉੱਠ ਕੇ ਬਿਸਤਰੇ ਕਰ ਲਓ ਜਨਾਬ ਚੋਰੀ ਸਾਹਿਬ ਗੁਲਾਮ ਮੁਹੰਮਦ ਸੌਂ ਗਿਆ ਖਾਣਾ ਛਾਣਾ ਖਾ ਕੇ ਨਾ ਗੁਲਾਮ ਮੁਹੰਮਦ ਤਾਂ ਗਿਆ ਸੌ ਚਲੀਏ ਭਲਵਾਨ ਚਲੀਏ ਫਿਰ ਮਨੀ ਜਾਣਾ ਉੱਥੇ ਦੁਕਾਨਾਂ ਤੱਕ ਚੱਲੇ ਹੈਂ ਥੱਕਿਆ ਪਿਆ ਚੱਲ ਅਸੀਂ ਚੱਲਦੇ ਫਿਰ ਜਨਾਬ ਦੁੱਧ ਸ਼ੁੱਧ ਹੋ ਗਿਆ ਚਲੀਏ ਆ ਜਾਓ ਫਿਰ ਨਿਕਲੀਏ ਆ ਜਾ ਗੂੰਗੇ ਦੀ ਰਮਜਣ ਗੂੰਗਾ ਜਾਣੇ ਗੂੰਗੇ ਗੂੰਗੇ ਨਾਲ ਲੱਗਾ ਹੋਇਆ ਆ ਜਾ ਚਲੀਏ ਲੈਣਾ ਕੁਛ ਫਿਰ ਉਹਦਾ ਬੈਠਾ ਵਾ ਗੂੰਗੇ ਨਾਲ ਗੱਲਾਂ ਕਰੀ ਜਾਣ ਦਿਆ ਇਹ ਨਹੀਂ ਦੇਖਣ ਦਿਆ ਕਿ ਕੁਛ ਲੈ ਲਵਾਂ ਤੇ ਨਿਕਲੀਏ ਚੱਲ ਆ ਜਾ ਯਾਰ ਆ ਜਾ ਉੱਧਰ ਕੋਠੀ ਦੇਖੋ ਬਣਾਈ ਐਂ ਦੇਖੋ ਚੈੱਕ ਕਰੋ ਕੈਸਾ ਨਕਸ਼ਾ ਤਿਆਰ ਕੀਤਾ ਹੋਇਆ ਮਾਸ਼ਾਅੱਲਾ ਦੇਖੋ ਇੱਧਰੋਂ ਵੀ ਨਕਸ਼ਾ ਇੱਧਰਲਾ ਤਾਂ ਕੋਈ ਨਹੀਂ ਐਪ ਮੈਨੂੰ ਪਿਆਰਾ ਲੱਗਾ ਇੱਕ ਐਪ ਪਿਆਰਾ ਲੱਗਾ ਇੱਕ ਐਪ ਪਿਆਰਾ ਚਲੀਏ ਚਲੋ ਆ ਜਾਓ ਫਿਰ ਚਲੀਏ ਆ ਬਲੇ ਸਫ਼ਰ ਕਾਫੀ ਆ ਤੁਰਦੇ ਤੁਰਦੇ ਨਾ ਜਿਹੜਾ ਖਾਧਾ ਪੀਤਾ ਇਹ ਤਾਂ ਹਜ਼ਮ ਹੋ ਜਾਂਦਾ ਨਾ ਜਾਂਦੇ ਜਾਂਦੇ ਹੀ ਆਪਾਂ ਠੀਕ ਹੈ ਫਿਰ ਬਾਕੀ ਦੇ ਕੰਮ ਬਾਅਦ ਵਿੱਚ ਫਿਰ ਦੇਖਾਂਗੇ ਕਿ ਕੀ ਕਰਨਾ ਕੀ ਨਹੀਂ ਨਾ ਮੈਂ ਬਰਫੀ ਲਈ ਆਵੇ ਗੁਲਾਮ ਮੁਹੰਮਦ ਅਤੇ ਸਮੀ ਲਾ ਵਾਸਤੇ ਮੈਨੂੰ ਉਹ ਕਿਉਂਕਿ ਤੈਨੂੰ ਪਤਾ ਉਹ ਤੰਗ ਕਰਦਾ ਨਾ ਫਿਰ ਉਹਦੇ ਵਾਸਤੇ ਮੈਨੂੰ ਲੈਣੀ ਪੈਂਦੀ ਲਾਜ਼ਮਨ ਮੈਂ ਕਿਹਾ ਉਹ ਜਦੋਂ ਆਵਾਂ ਨਾ ਫਿਰ ਉਹਦੇ ਵਾਸਤੇ ਲਾਜ਼ਮਨ ਲੈ ਕੇ ਜਾਂਦਾ ਹੁੰਦਾ ਰਸਤਾ ਵੀ ਅੱਗੋਂ ਦੇਖ ਲਈਏ ਨੇਰ ਕੁੱਪ ਹੋਇਆ ਅੱਛਾ ਇਸ ਬਾਜ਼ਾਰ ਦੇ ਵਿੱਚ ਨਾ ਇੱਕ ਗੱਲ ਹੋਰ ਮੈਂ ਬੜੀ ਨੋਟ ਕੀਤੀ ਹੈ ਇੱਥੇ ਇਹਨਾਂ ਨੇ ਕਦੀ ਵੀ ਮਸਲਣ ਬਲਬ ਨਹੀਂ ਇੱਧਰ ਲਾਇਆ ਜਿਵੇਂ ਆਪਾਂ ਲਾਇਆ ਹੋਇਆ ਨਾ ਬਾਹਰ ਬੂਹੇ ਅੱਗੇ ਵੈਸੇ ਲੱਗਣੇ ਚਾਹੀਦੇ ਇਸ ਬਾਜ਼ਾਰ ਦੇ ਵਿੱਚ ਨਾ ਇੱਕ ਦੋ ਘਰ ਛੱਡ ਕੇ ਨਾ ਲੱਗਣੇ ਚਾਹੀਦੇ ਹੈ ਨਾ ਐਵੇਂ ਨਹੀਂ ਚਲੋ ਅੱਛਾ ਅੱਲਾ ਖੈਰ ਕਰੇ ਹੁਣ ਤੁਰੇ ਚੱਲਦੇ ਵਾਂ ਅਤੇ ਪਹੁੰਚਦੇ ਵਾਂ